ਉਹਨਾਂ ਨੇ ਮੈਨੂੰ ਇਹ ਵੀ ਦੱਸਿਆ, ਕਹਿੰਦੇ ਵੀ ਦੇਖੋ ਕੰਮ ਕਰਨਾ, ਕੰਮ अच्छा ਕਰਨ ਦੀ ਜਾਂ ਹਰ ਇੱਕ ਕੰਮ ਕਰਨ ਦੀ ਇੱਕ ਤਕਨੀਕ ਹੁੰਦੀ ਹੈ, ਇੱਕ ਯੂਨੀਕਨੈਸ ਹੁੰਦੀ ਹੈ ਉਹਦੀ। हाँ ਕਿ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਜਬਰ ਵਿਰੋਧੀ ਫਰੰਟ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਤਾਂ ਜਬਰ ਵਿਰੋਧੀ ਫਰੰਟ ਬਣਾਇਆ ਹੋਇਆ ਸੀ, ਹੁਣ ਕਿਸ ਤਰ੍ਹਾਂ ਚੱਲਦਾ? ਉਹ ਕਹਿੰਦੇ ਵੀ ਉਹ ਤਾਂ ਅਸੀਂ ਬਣਾਇਆ ਸੀਗਾ ਕੰਮ ਕਰਨ ਨੂੰ, ਕਿਉਂਕਿ ਕੰਮ ਕਰਨ ਦੇ ਲਈ ਐਕਟਿਵ ਹੋਣ ਦੀ ਖਾਤਰ ਹਮੇਸ਼ਾ ਤੁਹਾਨੂੰ ਕਿਸੇ ਪਲੇਟਫਾਰਮ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ। ਨਾਲ ਕਹਿੰਦੇ ਵੀ ਜਿਹੜਾ ਖਤਰਾ ਉਹ ਇੰਨਾ ਵੱਧ ਗਿਆ ਸੀਗਾ, ਤਾਂ ਉਹਨਾਂ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੋਣਾ, ਉਹਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਉਹ ਜੁਆਇਨ ਕਰਕੇ ਉਹਦੀ ਹਿਊਮਨ ਰਾਈਟਸ ਵਿੰਗ ਦੇ ਉਹ ਜਨਰਲ ਸਕੱਤਰ ਬਣੇ। ਠੀਕ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਭਾਜੀ ਵੀ ਬਾਦਲ ਹੋਣਾ ਦੇ ਨਾਲ ਤੁਹਾਡੀ ਐਸੋਸੀਏਸ਼ਨ ਕੀ ਆ, ਤੁਹਾਡੀ ਸੋਚ ਕਿੱਧਰ ਦੀ ਆ? ਉਹ ਤਾਂ ਪੰਥ ਦੇ ਗੱਦਾਰ ਬੰਦੇ ਨੇ। ਕਹਿੰਦੇ ਬਿਲਕੁਲ ਠੀਕ ਆ, ਮੈਂ ਉਹਨਾਂ ਦੀ ਸਿਰਫ ਛਤਰੀ ਹੋਈ ਲਈ ਆ ਤਾਂ ਕਿ ਜਿਹੜੀ ਪੁਲਿਸ ਪਾਸ ਵਾਲੇ ਸਾਨੂੰ ਤੰਗ ਨਾ ਕਰਨ, ਕਿਉਂਕਿ ਜਿਹੜਾ ਕੰਮ ਮੈਂ ਕਰ ਰਿਹਾ ਜਾਂ ਮੈਂ ਕੀਤਾ, ਇਹ ਕੰਮ ਪੁਲਿਸ ਦੇ ਨਾਲ ਦੁਸ਼ਮਣੀ ਪਾ ਕੇ ਨਹੀਂ ਸੀ ਕੀਤਾ ਜਾ ਸਕਦਾ। ਠੀਕ ਹੈ। ਇਹ ਉਹਨਾਂ ਨੇ ਮੈਨੂੰ ਬਹੁਤ ਸਾਰੀਆਂ ਫੋਟੋਗ੍ਰਾਫਸ ਵੀ ਇੱਥੇ ਦਿੱਤੀਆਂ ਜਿਹੜੀਆਂ ਕਿ ਪੁਲਿਸ ਕੈਮਰਿਆਂ ਦੀਆਂ ਫੋਟੋ ਸੀਗੀਆਂ, ਕਿਉਂਕਿ ਜਦੋਂ ਕਿਸੇ ਖਾੜਕੂ ਸਿੰਘ ਨੂੰ ਸ਼ਹੀਦ ਕਰਦੇ ਸੀ ਉਹਦਾ ਮੁਕਾਬਲਾ ਬਣਾਉਂਦੇ ਸੀਗੇ ਜਾਂ ਈਵਨ ਫੇਕ ਇਨਕਾਊਂਟਰ ਕਰਦੇ ਸੀਗੇ, ਉਸ ਤੋਂ ਬਾਅਦ ਉਹਦੀਆਂ ਫੋਟੋਆਂ ਖਿੱਚ ਕੇ ਬਕਾਇਦਾ ਪੁਲਿਸ ਵਾਲੇ ਆਪਦੀਆਂ ਫਾਈਲਸ ਦੇ ਵਿੱਚ ਰੱਖਦੇ ਸੀਗੇ। ਉਹ ਫਾਈਲਾਂ ਦੀਆਂ ਫੋਟੋਆਂ ਉਹਨਾਂ ਨੇ ਕਢਾ ਕੇ ਸਾਨੂੰ ਕਾਫੀ ਸਾਰੀਆਂ ਫੋਟੋਆਂ ਇੱਥੇ ਮੈਨੂੰ ਦੇ ਕੇ ਗਏ ਉਦੋਂ, ਜਿਹੜੀਆਂ ਕਿ ਅਸੀਂ ਬਾਅਦ ਦੇ ਵਿੱਚ ਇੰਟਰਨੈਟ ਦੇ ਉੱਤੇ ਪਾ ਦਿੱਤੀਆਂ। ਉਹ ਅੱਜ ਜਿੰਨੀਆਂ ਖਾੜਕੂਆਂ ਦੀਆਂ ਤਸ਼ੱਦਦ ਦੀਆਂ ਫੋਟੋਜ਼ ਨੇ ਉਹ ਸਾਰੀਆਂ ਤਕਰੀਬਨ ਜਸਵੰਤ ਸਿੰਘ ਖਾਲੜਾ ਦੀਆਂ। ਉਹਨਾਂ ਨੇ ਦੱਸਿਆ ਉਸ ਵਕਤ ਕਿ ਪੁਲਿਸ ਦੇ ਨਾਲ ਸਿੱਧਾ ਪੰਗਾ ਲੈ ਕੇ ਤੁਸੀਂ ਕੰਮ ਨਹੀਂ ਕਰ ਸਕਦੇ, ਇਸ ਕਰਕੇ ਮੈਂ ਇਹ ਫਾਈਲਸ ਕਢਵਾਉਣੀਆਂ ਸੀਗੀਆਂ। ਪੁਲਿਸ ਕੋਲੇ ਵੀ ਜਾਣਾ ਪੈਂਦਾ ਸੀ, ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਜਾਣਾ ਪੈਂਦਾ ਸੀ, ਰਜਿਸਟ੍ਰੇਸ਼ਨ ਆਫਿਸਿਸ ਦੇ ਵਿੱਚ ਵੀ ਜਾਣਾ ਪੈਂਦਾ ਸੀ। ਸੋ ਉੱਥੇ ਫਿਰ ਵੀਰ ਭਾਈ ਕਹਿ ਕੇ ਉਹਨਾਂ ਦੀਆਂ ਜਿਹੜੇ ਰਜਿਸਟਰਸ ਆ ਉਹਨਾਂ ਦਾ ਮੁਲਾਂਕਣ ਕਰਨਾ, ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹਦੀਆਂ ਫੋਟੋ ਕਾਪੀਜ਼ ਕਰਨੀਆਂ, ਸਾਰਾ ਕੁਛ ਆ। ਕਹਿੰਦੇ ਇਹਦੇ ਪਿੱਛੇ ਪੈਸਾ ਤੇ ਜਿਹੜਾ ਸਹਿਯੋਗ ਸੀਗਾ ਉਹ ਕਰਨ ਦੀ ਖਾਤਰ ਕਹਿੰਦੇ ਮੈਨੂੰ ਅਕਾਲੀ ਦਲ ਦਾ ਬਾਦਲ ਅਕਾਲੀ ਦਲ ਦੀ ਜਿਹੜੀ ਹਿਊਮਨ ਰਾਈਟਸ ਵਿੰਗ ਆ ਉਹ ਜੁਆਇਨ ਕਰਨਾ ਪਿਆ। ਸੋ ਬਤੌਰ ਸਕੱਤਰ ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਕੀਤੀ, ਡਾਕੂਮੈਂਟ ਕੀਤੀ ਕਿ ਕਿਸ ਤਰ੍ਹਾਂ ਜਿਹੜਾ ਭਾਰਤ ਦੀ ਇਸ ਜ਼ਾਲਮ ਪੁਲਿਸ ਨੇ ਤੇ ਸਾਰੇ ਉੱਥੋਂ ਦੇ ਸਰਕਾਰੀ ਤੰਤਰ ਨੇ 25,000 ਲੋਕਾਂ ਨੂੰ ਅਨਆਈਡੈਂਟੀਫਾਈ ਕਹਿ ਕੇ ਅਣਪਛਾਤੀਆਂ ਲਾਸ਼ਾਂ ਬਣਾ ਕੇ ਖੁਰਦ ਬੁਰਦ ਕਰ ਦਿੱਤਾ। ਇਹ ਸਾਰਾ ਡਾਕੂਮੈਂਟ ਹੈ ਜਿਹੜਾ ਉਹਨਾਂ ਨੇ ਕੱਢਿਆ, ਤੇ ਉਹਨਾਂ ਨੇ ਸਿਰਫ 3 ਜ਼ਿਲ੍ਹਿਆਂ ਦੇ ਜਿਹੜੇ ਸ਼ਮਸ਼ਾਨ ਘਾਟ ਸੀ ਉਹਨਾਂ ਤੱਕ ਹੀ ਉਹ ਪਹੁੰਚ ਸਕੇ। ਉਸ ਤੋਂ ਬਾਅਦ ਕਿਉਂਕਿ ਬਾਕੀ ਪੰਜਾਬ ਦੇ ਵਿੱਚ ਨਾ ਤਾਂ ਉਹਨਾਂ ਕੋਲ ਰਿਸੋਰਸ ਸੀਗੇ ਤੇ ਨਾ ਉਹਨਾਂ ਕੋਲ ਐਡੀ ਵੱਡੀ ਮੈਨ ਪਾਵਰ ਸੀ। ਇਹ ਵੀ ਅਨਫੋਰਚੁਨੇਟ ਆ ਕਿ ਕੌਮ ਨੇ ਜਿਉਂਦੇ ਜੀ ਜਸਵੰਤ ਸਿੰਘ ਖਾਲੜਾ ਨੂੰ ਸ਼ਾਇਦ ਉਹਨਾਂ ਸੀਰੀਅਸ ਨਹੀਂ ਲਿਆ ਜਿੰਨਾ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਅਸੀਂ ਬਹੁਤ ਸੰਵੇਦਨਸ਼ੀਲ ਹੋ ਕੇ ਭਾਜੀ ਦੀ ਗੱਲ ਕਰਦੇ ਹਾਂ, ਭਾਜੀ ਦੇ ਦੀ ਸੇਵਾ ਦੀ, ਉਹਨਾਂ ਦੇ ਕੰਮਾਂ ਦੀ ਗੱਲ ਕਰਦੇ ਹਾਂ। ਪਰ ਜਦੋਂ ਜਾਂਦੇ ਜੀ ਉਹ ਬਸਤਾ ਭਰ ਕੇ ਕੈਨੇਡਾ ਵੀ ਆਏ, ਇੱਥੇ ਵੀ ਆਰਗੇਨਾਈਜੇਸ਼ਨਾਂ ਨੂੰ ਮਿਲੇ, ਸਰਕਾਰਾਂ ਨੂੰ ਵੀ ਮਿਲੇ, ਕਿਸੇ ਨੇ ਮਤਲਬ ਇਸ ਲੈਵਲ ਤੇ ਜਾ ਕੇ ਉਹਨਾਂ ਦੀ ਉਸ ਦਸਤਾਵੇਜ਼ ਐਡਾ ਵੱਡਾ ਕੇਸ ਹੋਵੇ ਤੇ ਅਮਰੀਕਾ ਦੇ ਵਿੱਚ ਅਸੀਂ ਵੇਖ ਰਹੇ ਹਾਂ ਇੱਕ ਦੋ ਕਾਲੇ ਪੁਲਿਸ ਨੇ ਮਾਰੇ ਨੇ ਤੇ ਸਾਰੀ ਦੁਨੀਆ ਦੇ ਵਿੱਚ ਬਲੈਕ ਲਾਈਵਸ ਮੈਟਰ ਦੀ ਮੂਵਮੈਂਟ ਹੈ ਜਿਹੜੀ ਉਹ ਫੈਲ ਗਈ, ਤੇ ਸਾਡਾ ਤਾਂ 25,000 ਬੰਦਾ ਉਹਨਾਂ ਨੇ ਮਾਰ ਦਿੱਤਾ ਤੇ ਡਾਕੂਮੈਂਟਡ ਹੋਇਆ ਹੋਇਆ ਉਹਨਾਂ ਦੀਆਂ ਆਪਣੀਆਂ ਫਾਈਲਸ ਦੇ ਵਿੱਚੋਂ, ਸਰਕਾਰੀ ਫਾਈਲਸ ਦੇ ਵਿੱਚੋਂ, ਪਰ ਅਸੀਂ ਇਹਨੂੰ ਮਤਲਬ ਕਿ ਪਰਸਿਊ ਨਹੀਂ ਕਰ ਸਕੇ।